ਨਾਲੇ ਪ੍ਰਦੀਪ ਕਿਹੋ ਜਿਹਾ ਮਹਿਸੂਸ ਹੋ ਰਿਹਾ ਦੋਸਤੋ? ਕੀ ਹਾਲ ਚਾਲ ਨੇ ਜੀ? ਚੜ੍ਹਦੀ ਕਲਾ, ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਆ। ਲਓ ਜੀ ਦੋਸਤੋ, ਫਿਰ ਹਾਜ਼ਰ ਆ ਤੁਹਾਡੀ ਸੇਵਾ ਦੇ ਵਿੱਚ ਇੱਕ ਹੋਰ ਨਵਾਂ ਵਲੋਗ। ਕਈ ਦਿਨਾਂ ਤੋਂ ਬਾਅਦ ਵਲੋਗ ਆ ਰਿਹਾ ਬਾਈ ਆਪਣਾ, ਇਸ ਲਈ ਤੁਹਾਡੇ ਤੋਂ ਮਾਫ਼ੀ ਚਾਹੁੰਦੇ ਹਾਂ ਆਪਾਂ, ਕਿਉਂਕਿ ਇਸਦਾ ਰੀਜ਼ਨ ਸੀਗਾ ਬਾਰਿਸ, ਅਤੇ ਬਾਰਿਸ ਬਾਈ ਐਤਕੀ ਤਾਂ ਆਪਣਾ ਹਰਿਆਣਾ ਪੰਜਾਬ ਵੀ ਨਾ ਚੀਰਾ ਪੂੰਜੀ ਬਣਾਇਆ ਹੋਇਆ ਬਾਈ, ਮਤਲਬ ਦੂਸਰੇ ਤੀਸਰੇ ਦਿਨ ਬਾਰਿਸ ਪੈ ਰਹੀ ਸੀਗੀ ਬਾਈ, ਇੰਨੀ ਬਾਰਿਸ। ਮੈਂ ਕਿਹਾ ਪੁੱਛੋ ਨਾ, ਪਿਛਲੀ ਵਾਰ ਤਾਂ ਵੈਸੇ ਕਰਤਾ ਸੀਗਾ ਕੰਮ ਖਰਾਬ, ਐਤਕੀ ਵੈਸੇ ਨਹੀਂ ਚੱਕਣ ਦੇ ਰਿਹਾ ਇਹ। ਚਲੋ ਦਿਖਾਉਂਦੇ ਹਾਂ ਜੀ ਤੁਹਾਨੂੰ ਅੱਜ ਆਪਾਂ, ਅੱਜ ਜਾਂ ਕੱਲ੍ਹ ਦੇ ਵਿੱਚ ਆਪਾਂ ਸੀਜ਼ਨ ਸਟਾਰਟ ਕਰ ਰਹੇ ਹਾਂ ਵਢਾਈ ਵਾਲਾ। ਆਪਾਂ ਜੀਰੀ ਵਢਵਾਉਣੀ ਆ ਬਾਈ, ਡੇਢ ਕਿੱਲਾ ਦਾ ਬਾਈ ਆਪਣਾ ਜਮੀ ਰੜ ਗਿਆ ਬਾਈ, ਅਤੇ ਬਾਕੀ ਤਾਂ ਚਲੋ ਹੈਗੀ ਆ ਠੀਕ, ਪਰ ਚਲੋ ਹੁਣ ਕਰਨਾ ਰਸਤਾ ਰੁਸਤਾ ਸਵਾਰਿਆ ਬਾਈ, ਦੋ ਦਿਨ ਹੋ ਗਏ ਲੱਗਿਆ ਨੂੰ, ਪਾਣੀ ਪੂਣੀ ਕੱਢਿਆ ਸਾਰਾ ਰਸਤੇ ਦੇ ਵਿੱਚੋਂ, ਅਤੇ ਬਾਈ ਬਾਰਿਸਾਂ ਨੇ ਨਾ ਸਾਰੇ ਰਸਤੇ ਖਰਾਬ ਕਰੇ ਪਏ ਆ। ਅਤੇ ਕੱਲ੍ਹ ਮਸ਼ੀਨ ਵਾਲੇ ਨੂੰ ਬੁਲਾਇਆ ਸੀਗਾ ਬਾਈ, ਉਹ ਵੀ ਦੇਖ ਦੁੱਖ ਕੇ ਗਿਆ, ਕਹਿੰਦਾ ਤਾਂ ਹੈਗਾ ਵੀ ਚਲੋ ਨਿਕਲ ਜਾਏਗੀ, ਚਲੋ ਨਹੀਂ ਨਿਕਲੇਗੀ ਬਾਈ, ਟਰੈਕਟਰ ਟਰੁਕਟਰ ਪਾ ਲਾਂਗੇ ਅੱਗੇ, ਹੈ ਤਾਂ ਠੀਕ ਆ ਰਸਤਾ ਪਰ ਥੋੜ੍ਹਾ ਤੰਗ ਵੀ ਆ, ਔਰ ਖੱਡੇ ਆ ਬਾਈ ਉਹਦੇ ਵਿੱਚ ਨਾ, ਪਾਣੀ ਤਾਂ ਚਲੋ ਮੰਨੇ ਕੱਢ ਤਿਆ ਪਰ ਗਾਰਾ ਜਿਹਾ ਆ ਬਾਈ, ਗਾਰੇ ਦੇ ਵਿੱਚ ਕਦੀ ਧਸ ਧੁਸ ਨਾ ਜਾਏ ਕਿਉਂਕਿ ਮਸ਼ੀਨ ਦੇ ਵਿੱਚ ਵਜਨ ਆਉਂਦਾ ਬਾਈ। ਚਲੋ ਮਸ਼ੀਨ ਤਾਂ ਫਿਰ ਵੀ ਨਿਕਲ ਜੂਗੀ ਬਾਈ, ਆਪਾਂ ਨੂੰ ਜੀਰੀ ਕੱਢਣੀ ਔਖੀ ਹੋ ਜਾਣੀ ਆ, ਕਿਉਂਕਿ ਟਰਾਲੀ ਲੋਡ ਤਾਂ ਨਹੀਂ ਜਾਣੇਗੀ, ਹੈ ਜਾਂ ਤਾਂ ਆਪਾਂ ਨੂੰ ਬਾਈ ਥੋੜ੍ਹੀ ਥੋੜ੍ਹੀ ਪਾਉਣੀ ਪਊਗੀ। ਚਲੋ ਦੇਖ ਲਾਂਗੇ ਜਿੱਦਾਂ ਵੀ ਕਰਾਂਗੇ, ਅਤੇ ਕਰਦੇ ਹਾਂ ਬਾਈ ਵਲੋਗ ਸਟਾਰਟ। ਧਿਆਨ ਨਾਲ ਦੇਖਿਓ ਅਤੇ ਸਾਰਾ ਦੇਖਿਓ ਬਾਈ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਅਤੇ 5K ਕਰਾ ਦਿਓ ਬਾਈ ਆਪਣਾ, ਥੋੜ੍ਹੇ ਜਿਹਾ ਰਹਿ ਗਿਆ ਯਾਰ ਕਰਾ ਦਿਓ ਸਬਸਕ੍ਰਾਈਬ, ਲਾਲ ਜਿਹਾ ਬਟਨ ਆ ਰਿਹਾ ਜਿਹੜਾ, ਇਹਦੇ ਉੱਪਰ ਉਂਗਲੀ ਮਾਰ ਦਿਆ ਕਰੋ, ਅਤੇ ਤੁਹਾਡੇ ਪਿਆਰ ਨਾਲ ਹੀ ਆ ਬਾਈ ਜਿਹੜਾ ਵੀ ਹੈਗਾ, ਆਪਾਂ ਵਲੋਗ ਬਾਈ ਤੁਹਾਨੂੰ ਪਤਾ ਤੁਹਾਡੇ ਲਈ ਬਣਾਉਂਦੇ ਹਾਂ, ਅਤੇ ਕਰੋ ਕਿਰਪਾ ਬਈ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ, ਅਤੇ ਲਾਈਕ ਕਰਦਿਆ ਕਰੋ, ਵੀਡੀਓ ਨੂੰ ਸ਼ੇਅਰ ਕਰਦਿਆ ਕਰੋ, ਅਤੇ ਦਿਖਾਉਂਦੇ ਹਾਂ ਤੁਹਾਨੂੰ ਬਾਈ 7301 ਦਾ ਹਾਲ ਦਿਖਾਉਂਦਾ ਮੈਂ, ਤਾਂ ਜੀਰੀ ਦਾ ਬਾਈ ਬਹੁਤ ਵਧੀਆ ਲੱਗੀ ਆਪਾਂ ਨੂੰ, ਪਰ ਇਹਨੂੰ ਬਾਈ ਨਾ ਥੋੜ੍ਹਾ ਜਿਹਾ ਰਸਤੇ ਦੇ ਉੱਤੇ ਲਾਓ ਤਾਂ ਕਿ ਬੰਦਾ ਟਾਈਮ ਸਿਰ ਵਢਵਾ ਸਕੇ, ਕਿਉਂਕਿ ਚਲੋ ਬਾਈ ਐਤਕੀ ਰਸਤੇ ਦਾ ਵੀ ਕਿਆ ਕਰੂੰਗੇ, ਜਦ ਮੀਂਹ ਨਹੀਂ ਹਟਦਾ ਫਿਰ ਬੰਦਾ ਕਰੇ ਵੀ ਕਿਆ। ਅਤੇ ਚਲੋ ਦਿਖਾਉਂਦਾ ਤੁਹਾਨੂੰ ਬਾਈ 7301, ਦੇਖੋ ਬਾਈ ਇਹ 7301 ਆ, ਅਤੇ ਬਾਈ ਪੂਰਾ ਬੈੱਡ ਬਣ ਗਿਆ ਦੇਖੋ, ਅਤੇ ਪੱਕੀ ਪਈ ਆ ਬਾਈ ਇਹ ਪੂਰੀ, ਅਤੇ ਮਸ਼ੀਨ ਵੀ ਚਲੋ ਮਸ਼ੀਨ ਤਾਂ ਚੱਕ ਚੁੱਕ ਲਏਗੀ, ਇਹੋ ਜਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ, ਜੇ ਬੰਦਾ ਸੋਚੇ ਨਾ ਵੀ ਹੱਥਾਂ ਨਾਲ ਵਢਵਾ ਲਏਗਾ, ਹੱਥਾਂ ਨਾਲ ਨਹੀਂ ਬਾਈ ਸੂਤ ਆਉਂਦੀ ਹੈ, ਹੱਥਾਂ ਨਾਲ ਦਾ ਗੈਲ ਪਈ ਜਾ ਰਹੀ ਆ ਬਾਈ ਕੜੱਕ ਹੁੰਦੀ, ਇਹ ਦੇਖੋ ਬਾਈ ਇਹ ਲਾਗ ਨਾ ਜਿਹੜੀ ਬਾਈ ਡੋਲ ਵਾਲੀ ਸੀਗੀ, ਇਹ ਦੇਖੋ ਪਲਟੀ ਮਾਰੀ ਆ ਮੈਂ, ਕਿਉਂਕਿ ਉਰੇ ਨਾ ਸਲਾਬੀ ਦੇ ਵਿੱਚ ਆ ਗਈ ਸੀਗੀ, ਇਹ ਜੰਮਣ ਲੱਗ ਗਏ ਸੀਗੇ ਦਾਣੇ, ਤਾਂ ਫਿਰ ਮੈਂ ਪਲਟੀ ਮਾਰਤੀ ਬਾਈ, ਅਤੇ ਬਾਈ 73 ਵੀ ਗਿਰ ਗਈ, 75 ਵੀ ਗਿਰ ਗਈ, ਅਤੇ ਬਾਈ ਮੈਨੂੰ ਇੰਨਾ ਯਕੀਨ ਸੀਗਾ ਵੀ 75 ਗਿਰਦੀ ਨਹੀਂ ਹੈਗੀ, ਪਰ ਬਾਈ ਐਤਕੀ ਤਾਂ 75 ਵੀ ਲੰਬੀ ਪੈ ਗਈ ਦੇਖੋ, ਪਾਰਾਂ ਵੀ ਗਿਰ ਗਈ ਬਾਈ ਉੱਧਰ ਵੀ, ਜਿੰਨੀ ਵੀ 75 ਲਾਈ ਸੀਗੀ ਉਹ ਸਾਰੀ ਗਿਰ ਗਈ, ਅਤੇ 21-11 ਦਾ ਬਾਈ ਗਿਰਦੀ ਉਹ ਆ,
ਇਹ ਦੇਖੋ, ਫਾਇਦਾ ਤਾਂ ਮੈਨੂੰ ਪਤਾ ਹੀ ਸੀਗਾ ਵੀ ਗਿਰ ਜਾਂਦੀ ਆ, ਪਰ ਐਤਕੀ ਤਾਂ ਇਹ ਪਹਿਲੀ ਗਿਰ ਗਈ ਬਾਈ। ਇਹ ਗਿਰਦੀ ਸੀਗੀ ਜਦੋਂ ਮਤਲਬ ਪੱਕਣੇ ਦਾ ਟਾਈਮ ਆਉਂਦਾ ਸੀਗਾ, ਉਸ ਟਾਈਮ ਗਿਰਨ ਲੱਗਦੀ ਹੈ ਥੋੜ੍ਹੀ ਥੋੜ੍ਹੀ, ਪਰ ਐਤਕੀ ਤਾਂ ਯਾਰ ਚਲੋ ਹਵਾ ਹੂਵਾ ਨੇ ਪਹਿਲੀ ਕਰਤਿਆ ਕੰਮ। ਗਿਰਨੀ ਗਰਾਣੀ ਤਾਂ ਬਾਈ ਚੱਲਦੀ ਰਹਿੰਦੀ ਆ, ਬਾਕੀ ਫਸਲ ਆਪਣਾ ਠੀਕ ਠਾਕ ਨਿਕਲ ਜੇ ਬੰਦੇ ਦੀ ਉਹੀ ਹੁੰਦਾ। ਚਲੋ ਜੀ, ਬਲੌਗ ਦੇ ਵਿੱਚ ਬਣੇ ਰਹੋ ਅਤੇ ਦਿਖਾਉਂਦੇ ਆ ਤੁਹਾਨੂੰ ਵਢਾਈ ਵਾਲਾ ਕਾਰਜਕ੍ਰਮ ਕਿੱਦਾਂ ਚੱਲਦਾ, ਅਤੇ ਦੇਖਦੇ ਹਾਂ ਦੁਪਹਿਰਾ ਜਾਂ ਲੱਗ ਜੇ ਫਿਰ ਮਸ਼ੀਨ ਵਾਲੇ 'ਤੇ ਕਰਦੇ ਹਾਂ ਫੋਨ। ਮੈਂ ਕਿਹਾ ਲਿਆ ਬਾਈ, ਫਿਰ ਆਪਣਾ ਅੱਗੇ ਦੀ ਕਾਰਵਾਈ ਕਰਾਂਗੇ ਚਾਲੂ, ਅਤੇ ਬਣੇ ਰਹੋ ਬਾਈ ਵਲੌਗ ਦੇ ਵਿੱਚ। ਪਾਦੇ ਪਾਦੇ ਉਰੀ ਪਾਦੇ, ਪ੍ਰਦੀਪ ਸੇਠ ਖੜਿਆ ਉਰਾ ਵਲੌਗ ਬਣਾ ਰੱਖਿਆ ਗਿਆ। ਪ੍ਰਦੀਪ ਕਿਹੋ ਜਿਹਾ ਮਹਿਸੂਸ ਹੋ ਰਿਹਾ? ਇਸੀ ਕੇ ਪਿੱਛਾ ਲਾ ਨਾ ਮਸ਼ੀਨ ਕੇ ਉਸੀ ਲੀਕ ਮਾ, ਫਿਰ ਸੁੱਕਾ ਤਾਂ ਦੇਖ ਕਹਾਨੂੰ ਆ ਯੋਰੇ ਨੂੰ ਚਿੱਟਾ ਤਾਂ ਚਮਕਾ ਦੇ ਉਰੇ ਨੂੰ ਪਾ। ਇਹ ਵੀ ਤਾਂ ਪਾੜ ਦੇਗਾ, ਇਤਨਾ ਵਜਨ ਨਹੀਂ ਹੈ ਇਹ ਵੀ। ਆਪਾਂ ਜਾਂ ਚੱਲੇ ਕਹਾਨੂੰ ਥੋੜ੍ਹਾ ਸਾ ਠੀਕ ਸਾ ਯੋ ਯਹਾਂ ਜੋ ਪਰਾਲੀ ਆ ਨਾ ਇਸ ਭਾਨਾ ਚੜਾਈਏ, ਪਰਾਲੀ ਕੀ ਨੀਚਾ ਗਿੱਲਾ ਹੋਵਾ ਗਾ। ਅਰੇ ਮੈਂ ਤੈਨੂੰ ਬਾਹੀ ਨੂੰ ਤਾਂ ਕਹਿ ਰਿਹਾ ਤਾ, ਫਿਰ ਬਾਹਾਂ ਨੂੰ ਲਾ ਜਹਾਂ ਨੂੰ ਮਸ਼ੀਨ ਗਈ। ਅਰੇ ਇਤਨੇ ਕੁ ਵਜਨ ਨੂੰ ਕਹਾਂ ਸਮਝਾ ਕੁਛ ਉਹ, ਫਿਰ ਉਹੀ ਤਾਂ ਕਹਿ ਰਿਹਾ ਮੈਂ। ਭਾਈ ਬੜੀ ਔਖੀ ਮਸ਼ੀਨ ਕੱਢ ਕੇ ਲਿਆਏ ਹਾਂ, ਇਹ ਦੇਖੋ ਕੈਮਰਾ ਸਾਫ ਕਰ ਲਵਾਂ ਮੈਂ। ਧੁੰਦਲਾ ਦਿਖ ਰਿਹਾ ਪਿੱਛੇ ਮਸ਼ੀਨ ਆ ਬਾਈ, ਅੱਗੇ ਕੱਟਰ ਲੈ ਕੇ ਆ ਰਿਹਾ ਮੈਂ।
ਬੜੀ ਔਖੀ ਕੱਢ ਕੇ ਲਿਆ ਆ, ਰਸਤਾ ਦਿਖਾਉਂਦਾ ਤੁਹਾਨੂੰ ਪੂਰਾ ਪੂਰਾ ਰਸਤਾ ਆ ਗਿਆ, ਕੱਟਣਾ ਪੂਰੇ ਜੋੜੂ ਨੇ ਬਾਈ, ਟਰਾਲੀ ਮੈਂ ਪਹਿਲੀ ਖੜਾ ਗਿਆ। ਗਿੱਲੇ ਦੇ ਵਿੱਚ ਅਤੇ ਗਿਰੀ ਵੀ ਦਾ ਅਤੇ ਗਾਹ ਪਾਤਾ ਮਸ਼ੀਨ ਨੇ ਬਾਈ ਖੇਤ ਦੇ ਵਿੱਚ, ਦੇਖੋ ਬੈਕ ਕਰ ਕਰਕੇ ਵੱਢ ਰਿਹਾ ਬਾਈ ਜੀ, ਫਿਰ ਬੈਕ ਲੈ ਜਾਏਗਾ, ਦੇਖੋ ਪੂਰੀ ਲਾਈਨ ਬਾਈ ਸਿੱਧੀ ਲਾ ਕੇ ਫਿਰ ਦੁਬਾਰਾ ਬੈਕ ਲੈ ਕੇ ਲਿਆਉਣੀ ਬਾਈ, ਦੁੱਗਣੀ ਮਿਹਨਤ ਪੈਂਦੀ ਆ ਸਾਰੀ। ਅਤੇ ਚਾਹ ਜੂ ਪੁੱਛ ਲਾ ਨੂੰ, ਚਾਹ ਪੁੱਛ ਲਾ ਅਤੇ ਜਿੰਨੀ ਮਿਹਨਤ ਬਾਈ ਸਿੱਧੇ ਜਾਣੇ 'ਚ ਆ ਨਾ, ਦੁੱਗਣੀ ਮਿਹਨਤ ਕਰ ਰਿਹਾ ਨੀਲ, ਕਿਉਂ ਨੀਲ ਹੁਣ
ਫਿਰ ਬਾਈ ਬੈਕ ਜਾਊਗਾ ਕਿਹੜਾ, ਅਤੇ ਫਿਰ ਲਿਆਊਗਾ।